एक सेकंड देना भाई, क्या बात है, ओ भाई क्या बात है, फटाफट गर्म गर्म रोटी दे और रोटी चाहिए गर्म गर्म। चन्नी साहब जिंदाबाद, चन्नी साहब जिंदाबाद, रोटी खा लेने दो, बीर बन के रोटी खा ले। पहली बार जिंदगी तेरी जिंदाबाद। अंदर अंदर ना बने बने ठीक है, रोटी खा के जाना दे दो। ਹੁਣ ਲੱਗਦਾ ਜੀ ਪੰਜਾਬ ਦਾ ਵਿਕਾਸ ਹੋਊਗਾ ਜੀ, ਮੇਰੇ ਭੁੱਖ ਬਹੁਤ ਲੱਗੀ ਵੀ ਇਹ ਵਿਕਾਸ ਦੀ ਗੱਲਬਾਤ ਕਰ ਰਹੀ ਹੈ। ਇਹ ਸਰ 5-6 ਮਹੀਨੇ ਜੋ ਕੰਮ ਕਰਦੇ ਹੈ ਨਾ ਤੁਸੀਂ ਸਰ, ਜ਼ਿੰਦਗੀ 'ਚ ਅਸੀਂ ਸੋਚਣਾ ਤੇ ਸਮਝਣਾ ਪੰਜਾਬ ਨੂੰ ਜੇ ਬਚਾਉਣਾ ਨਾ ਜੀ ਅਸੀਂ ਆਉਣ ਵਾਲੇ ਨਸ਼ਿਆਂ ਤੋਂ, ਸਮੇਂ ਤੋਂ ਜੀ। ਇੱਕ ਵਾਰ ਤੁਹਾਨੂੰ ਅਸੀਂ ਮੌਕਾ ਪੂਰੇ ਤਹਿ ਦਿਲ ਨਾਲ ਦੇਣਾ ਚਾਹੁੰਦੇ ਹਾਂ ਜੀ, ਹਰ ਚੀਜ਼ ਜ਼ਿੰਦਗੀ 'ਚ ਇਹ ਪੱਕੀਆਂ ਪਕਾਈਆਂ ਰੋਟੀਆਂ ਅਸੀਂ ਦੁਬਾਰਾ ਇੱਕ ਵਾਰ ਤੁਹਾਨੂੰ ਖਵਾਉਣਾ ਚਾਹਵਾਂਗੇ। ਜ਼ਿੰਦਗੀ 'ਚ ਅਸੀਂ ਇੰਨੇ ਮੌਕੇ ਦੇਖ ਲਏ, ਸਭ ਨੂੰ ਲੁੱਟ ਖਾ ਕੇ, ਗਲੀਆਂ ਦੀ ਸੜਕਾਂ ਦੀ ਹਾਲਤ ਦੇਖ ਲਓ ਸਾਰੇ ਜਣੇ, ਬੇਰੁਜ਼ਗਾਰੀ ਜਿੰਨੀ ਹੋ ਚੁੱਕੀ ਹੈ ਨਾ ਜੀ, ਬਹੁਤ ਔਖਾ ਹੋਇਆ ਜੀ, ਕੰਮ ਕਾਜਾਂ ਦਾ ਬਹੁਤ ਬੁਰਾ ਮੰਦਾ ਹਾਲ ਹੈ ਜੀ। ਅਸੀਂ ਕਦੇ ਨਾ ਕਰੋ, ਸਭ ਮਸਲੇ ਹੱਲ ਕਰਨਾ, ਮੈਂ ਆਏ ਹੀ ਮਸਲੇ ਹੱਲ ਕਰ ਲੈਣਾ ਜੀ 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 ਇਹ ਗੁਜ਼ਾਰਿਸ਼ ਹੈ ਜੀ, ਐਤਕੀ ਆਤਮ ਹਲਕਾ ਨਗਰ ਤੋਂ ਜਿੱਤ ਗਈ ਇਸ ਮਹੱਲੇ ਨੂੰ ਵੀ ਆਪਣੇ ਵਰਗਾ ਹਰ ਜਗ੍ਹਾ ਵਾਂਗ ਜੀ ਵਧੀਆ ਬਣਾ ਦਿਓ ਜੀ। ਜਿਹੜੇ ਲੋਕੀ ਅੱਜ BRS ਨਗਰ ਜਾ ਕਹਿੰਦੇ ਕਿ ਅਸੀਂ ਪੋਰਸ਼ ਏਰੀਆ 'ਚ ਰਹਿੰਦੇ ਹਾਂ, ਇੱਧਰ ਆ ਕੇ ਵੀ ਲੋਕੀ ਕਹਿਣ ਜੀ ਪੋਰਸ਼ ਏਰੀਆ 'ਚ ਅਸੀਂ ਵੀ ਰਹਿੰਦੇ ਹਾਂ, ਅੱਜ ਅਸੀਂ ਵੀ ਸਿਰ ਚੱਕ ਕੇ ਕਹਿ ਸਕੀਏ ਬੰਦਿਆਂ ਨੂੰ ਕਿ ਹਾਂ ਵੀ ਆਓ ਸਾਡੇ ਏਰੀਏ ਵੱਲ ਵੀ ਆਓ ਜੀ ਇੱਕ ਵਾਰੀ। ਜਿਸ ਹਿਸਾਬ ਨਾਲ ਬਹੁਤ ਜ਼ਿਆਦਾ ਇੱਥੇ ਸੜਕਾਂ ਦਾ ਪਾਣੀਆਂ ਦਾ ਬਹੁਤ ਮੰਦਾ ਹਾਲ ਹੈ ਜੀ ਇਸ ਟਾਈਮ, ਮੈਂ ਤੁਹਾਡੀ ਦੁਕਾਨਦਾਰੀ ਵੀ ਰੋਕਤੀ ਯਾਰ। ਨਹੀਂ ਜੀ ਨਹੀਂ ਜੀ, ਇਹ ਤਾਂ ਵੱਧ ਗਈ ਜੀ, ਹੁਣ ਤਾਂ ਫੇਮਸ ਹੋ ਗਈ, ਫ੍ਰੀ ਦੀ ਫੇਮਸ ਅੱਜ ਤੁਸੀਂ ਕਰਤੀ ਜੀ। Thank you.
ਯਾਰ ਭੁੱਖ ਬਹੁਤ ਲੱਗੀ ਮੈਨੂੰ, ਪਹਿਲਾਂ ਮੈਂ ਕਿਲੇ ਖਾਦੇ ਚਲੋ ਬਸ ਮਿਹਰਬਾਨੀ, ਬਹੁਤ ਧੰਨਵਾਦ ਤਾਰਾ ਸਿੰਘ ਜੀ, ਪੈਸੇ ਦਿਓ ਆਪਣੇ। ਨਹੀਂ 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 ਪੇਮੈਂਟ ਕਰ ਦਿਓ। ਅੱਗੇ ਨਿਕਲ ਜਾਓ, ਅੱਗੇ ਨਿਕਲ ਜਾਓ, ਨਾਇਕਰੇ।